ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਸਟੋਰੀ ਟੀਵੀ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਆਮ ਆਦਮੀ ਪਾਰਟੀ ਆਗੂ ਭਗਵੰਤ ਮਾਨ ਨੇ ਸੰਗਰੂਰ ਦੇ ਵਿੱਚ 7 ਵੱਖ-ਵੱਖ ਸਥਾਨਾਂ ਤੇ ਰੱਖੀਆਂ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ। ਮੌਕੇ ਤੇ ਉੱਚ ਅਧਿਕਾਰੀ ਵੀ ਨਾਲ ਰਹੇ ਹਾਜ਼ਰ। ਬਾਲ-ਬਾਲ ਬੱਚੇ ਮੁੱਖ ਮੰਤਰੀ ਮਮਤਾ ਬੈਨਰਜੀ ਸੀਐਮ ਦੇ ਜਹਾਜ਼ ਦੇ ਨਾਲ ਹੋਣੀ ਸੀ ਟੱਕਰ, ਕਿਹਾ ਮੇਰੇ ਪਾਇਲਟ ਦੀ ਮੁਸਤੈਦੀ ਦੇ ਨਾਲ ਬਚੀ ਮੇਰੀ ਜਾਨ। ਰੂਸ ਅਤੇ ਯੂਕਰੇਨ ਦੇ ਵਿਚਾਲੇ ਜੰਗ, ਲਗਾਤਾਰ ਜਾਰੀ ਹਵਾਈ ਹਮਲੇ ਦੇ ਵਿੱਚ 2 ਤੇਲ ਡਿਪੂਆਂ ਨੂੰ ਕੀਤਾ ਗਿਆ ਤਬਾਹ। ਵਿਕਰਮ ਮਜੀਠੀਆ ਨੂੰ ਅਦਾਲਤ ਵੱਲੋਂ ਵੱਡਾ ਝਟਕਾ, 22 ਮਾਰਚ ਤੱਕ ਭੇਜਿਆ ਨਿਆਇਕ ਹਿਰਾਸਤ ਦੇ ਵਿੱਚ, ਹੁਣ ਹਾਈ ਕੋਰਟ ਦਾ ਕਰ ਸਕਦੇ ਨੇ ਰੁੱਖ। ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਕਾਂਗਰਸ ਨੇ ਨਕਾਰਿਆ। ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮਨਘੜਤ ਤਰੀਕੇ ਦੇ ਨਾਲ ਕੀਤੇ ਗਏ ਨੇ ਤਿਆਰ ਐਗਜ਼ਿਟ ਪੋਲ। ਸੂਮੀ 'ਚ ਫਸੇ ਭਾਰਤੀਆਂ ਦੇ ਲਈ ਲਾਂਘਾ ਖੋਲ੍ਹਿਆ ਗਿਆ। ਚੀਨ ਅਤੇ ਭਾਰਤ ਸਮੇਤ ਸਾਰੇ ਉੱਥੇ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕੀਤੇ ਜਾਣਗੇ ਪ੍ਰਬੰਧ। ਯੂਕਰੇਨ 'ਚ ਚੰਦਨ ਜਿੰਦਲ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕੀਤਾ ਦੁੱਖ ਦਾ ਪ੍ਰਗਟਾਵਾ। ਨਵਜੋਤ ਕੌਰ ਸਿੱਧੂ ਨੂੰ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਨੂੰ ਪੰਜਾਬ ਜੱਟ ਮਹਾਸਭਾ ਦੀ ਮਹਿਲਾ ਵਿੰਗ ਦਾ ਪ੍ਰਧਾਨ ਚੁਣਿਆ ਗਿਆ। ਐਗਜ਼ਿਟ ਪੋਲ ਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ, ਕਿਹਾ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ। ਐਗਜ਼ਿਟ ਪੋਲ ਤੇ ਡਾਕਟਰ ਦਲਜੀਤ ਚੀਮਾ ਦਾ ਵੱਡਾ ਬਿਆਨ, ਕਿਹਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਬਣਾਏਗੀ ਸਰਕਾਰ, ਸਿਆਸੀ ਪੰਡਤ ਇਸ ਵਾਰ ਹੋਣਗੇ ਫੇਲ੍ਹ।